ਵੀ ਸੈੱਲ ਨਹੀਂ ਪੈਂਦਾ, ਇਹ ਪ੍ਰਕਾਰ ਦੀ ਗੋਲੀ ਆ, ਉਹ ਆਣ ਕੇ ਮਤਲਬ ਇਹਨੂੰ ਸ਼ੋਟ ਕਰਦੀ ਹੋਈ ਇੱਥੇ ਆਣ ਕੇ ਹਿੱਟ ਲੱਗੀ ਆ, ਚਾਰ ਟੈਂਕੇ ਅੰਗੂਠੇ 'ਤੇ ਲੱਗੇ ਕੱਲ੍ਹ ਅਤੇ ਤਿੰਨ ਟੈਂਕੇ ਇਹਨਾਂ ਉਂਗਲਾਂ 'ਤੇ ਆ। ਸਾਡੇ ਗੁਰੂ ਗੋਬਿੰਦ ਸਿੰਘ ਜੀ ਜਖਮਾਂ ਤੇ ਮਲਮ ਲਾਉਂਦੇ ਸੀ। ਹਾਂਜੀ, ਅਸੀਂ ਗੁਰ ਇਹਨਾਂ ਦਾ ਧਰਮ ਵਜਾਇਆ ਗਜਰਾਂ ਦਾ, ਸਾਡੇ ਨਾਲ ਧੱਕਾ ਇੰਨਾ ਜ਼ਿਆਦਾ ਧੱਕਾ ਕਿਤਨਾ ਬਰਦਾਸ਼ਤ ਹੋਊਗਾ। ਬਘੇਲ ਸਿੰਘ ਹੁਣਾਂ ਨੇ ਦਿੱਲੀ ਬਚਾਈ ਆ, ਸਾਡਾ ਇਹੀ ਗਲਤੀ ਆ, ਸਾਡੇ ਅਸੀਂ ਉਹਨਾਂ ਦੇ ਵਾਰਸ ਆ, ਸਾਡੀ ਇਹ ਗਲਤੀ ਆ। ਇਹਨਾਂ ਦਾ ਬੇੜਾ ਗਰਗਣਾ, ਕੀੜੇ ਪੈਣੇ ਇਹਨਾਂ ਨੂੰ। ਇੰਨਾ ਬੇਜਮਾਨਾ ਮੁੱਖ ਪ੍ਰਧਾਨ ਮੰਤਰੀ, ਜਿਹੜਾ ਪ੍ਰਧਾਨ ਮੰਤਰੀ ਬੇਜਮਾਨਾ ਹੋਵੇ ਤਾਂ ਪਛਿਆ ਉਦੋਂ ਭੈੜਾ ਜੀ। ਜਿਹੜੀ ਐਕਸਪਾਇਰੀ ਡੇਟ ਹੋ ਚੁੱਕੀ ਆ, ਇਹ ਬੰਬ ਚਲਾ ਕੇ ਸਾਡੇ ਕਿਸਾਨਾਂ ਨੂੰ ਜ਼ਖਮੀ ਕੀਤਾ ਜਾ ਰਿਹਾ, ਜੋ ਕਿ ਨਹੀਂ ਬਣਦਾ ਚਲਾਉਣਾ। ਕਿਸਾਨੀ ਅੰਦੋਲਨ ਕਿਸ ਤਰ੍ਹਾਂ ਖੂਨੀ ਰੂਪ ਅਖਤਿਆਰ ਕਰ ਚੁੱਕਿਆ, ਉਹਦੀਆਂ ਕੁਝ ਤਸਵੀਰਾਂ ਤੁਸੀਂ ਵੇਖ ਲਈਆਂ ਹੋਣੀਆਂ ਨੇ, ਪਰ ਤਸਵੀਰਾਂ ਹਟਣ ਦਾ ਨਾਮ ਨਹੀਂ ਲੈ ਰਹੀਆਂ, ਕੇਸਿਸ ਹਟਣ ਦਾ ਨਾਮ ਨਹੀਂ ਲੈ ਰਹੇ। ਸਾਡੇ ਨਾਲ ਇੱਕ ਸ਼ਖਸ ਇਸ ਵੇਲੇ ਹੋਰ ਮੌਜੂਦ ਨੇ ਜੋ ਉੱਪਰੋਂ ਥੱਲੇ ਤੱਕ ਸਾਰੇ ਫੱਟੜ ਨੇ ਔਰ ਕਿਸਾਨ ਅੰਦੋਲਨ ਦੇ ਵਿੱਚ ਮੌਜੂਦ ਨੇ। ਭਾਈ ਸਾਹਿਬ, ਆਪਣਾ ਨਾਮ ਦੱਸਿਓ ਪਹਿਲਾਂ ਤਾਂ। ਭਾਜੀ, ਮੇਰਾ ਨਾਮ ਨਿਸ਼ਾਨ ਸਿੰਘ, ਪਿੰਡ ਉਦੋਗੇ, ਜ਼ਿਲ੍ਹਾ ਅੰਮ੍ਰਿਤਸਰ ਤੋਂ ਆਏ ਹਾਂ। ਆ ਹੋਇਆ ਕੀ ਭਾਜੀ ਤੁਹਾਡਾ ਸਾਰਾ, ਤੁਸੀਂ ਉੱਪਰੋਂ ਥੱਲੇ ਤੱਕ ਪੱਟੀਆਂ 'ਚ ਭਰੇ ਹੋਏ ਹੋ? ਭਾਜੀ, ਪਹਿਲਾਂ ਤਾਂ ਕੱਲ੍ਹ ਆਪਾਂ ਜਦੋਂ ਫੌਜ ਦੇ ਅਥਰੂ ਗੈਸ ਛੋੜੇ ਅਤੇ ਆਪਾਂ ਅੱਗੇ ਲੰਘੇ, ਜਦੋਂ ਉਹਨਾਂ ਨੇ ਗਾੜੀਓ ਫਾਇਰਿੰਗ ਕੀਤੀ ਆ, ਕੁਝ ਪੱਕੀ ਬੁਲਟ ਵੀ ਆਪਾਂ ਨੂੰ ਉੱਥੋਂ ਮਿਲੀ ਆ, ਅਤੇ ਮੈਨੂੰ ਲੱਗੀ ਰਬੜ ਦੀ ਗੋਲੀ ਆ, ਕੋਈ ਜਿੱਦਾਂ ਦਾ ਟਾਈਮ ਵੀ ਸੈੱਲ ਨਹੀਂ ਪੈਂਦਾ, ਇਹ ਪ੍ਰਕਾਰ ਦੀ ਗੋਲੀ ਆ, ਉਹ ਆਣ ਕੇ ਮਤਲਬ ਇਹਨੂੰ ਸ਼ੋਟ ਕਰਦੀ ਹੋਈ ਇੱਥੇ ਆਣ ਕੇ ਹਿੱਟ ਲੱਗੀ ਆ, ਚਾਰ ਟੈਂਕੇ ਅੰਗੂਠੇ 'ਤੇ ਲੱਗੇ ਕੱਲ੍ਹ ਅਤੇ ਤਿੰਨ ਟੈਂਕੇ ਇਹਨਾਂ ਉਂਗਲਾਂ 'ਤੇ ਆ, ਅਤੇ ਇਹ ਕੱਲ੍ਹ ਦੀ ਗੱਲ, ਅਤੇ ਆਪਾਂ ਇੱਥੇ ਫਿਰ ਬਰਕਰਾਰ ਆਏ ਕਿਉਂਕਿ ਆਪਾਂ ਪਿੰਡੋਂ ਇਹੋ ਧਾਰ ਗਏ ਆ। ਆਪਾਂ ਕੱਲ੍ਹ ਤੁਹਾਡੇ ਆਹ ਲੱਗੀਆਂ ਸੱਟਾਂ, ਇੱਥੇ ਤੁਸੀਂ ਟਾਂਕੇ ਲਵਾਏ ਆ, ਅਗਾਂਹ ਉਰੇ ਕੀ ਹੋਇਆ? ਇੱਥੇ ਜੀ ਜਿਹਨੂੰ ਐਟਮ ਬੰਬ ਕਹਿ ਦਿੰਦੇ ਆ, ਐਟਮ ਬੰਬ ਵੀ ਉੱਥੇ ਜਿਹੜੇ ਡਰੋਨ 'ਚੋਂ ਸੱਟਦੇ ਆ, ਉਹ ਥੱਲੇ ਡਰੋਨ ਦੇ ਵਿੱਚ ਉਹਦੇ ਅਥਰੂ ਗੈਸ ਉੱਡਦੇ ਆ ਨਾ, ਜਿਹੜੇ ਬਲਾਸਟ ਹੁੰਦੇ ਆ, ਜਿਹੜੇ ਬਲਾਸਟ ਹੁੰਦੇ ਉਹ ਉਹਨਾਂ ਨੇ ਜਦੋਂ ਪਹਿਲਾਂ ਉਹ ਕਾਫੀ ਅੱਗੇ ਆਣ ਕੇ ਵੱਟੇ ਮਾਰੇ, ਜਦੋਂ ਆਪਾਂ ਬੈਰੀਅਲ ਦੇ ਨਾਲ ਲੱਗੇ ਅਤੇ ਉਹਨਾਂ ਨੇ ਗਾੜੀਓ ਫਾਇਰਿੰਗ ਕਰਤੀ, ਫਾਇਰਿੰਗ ਕਰਦੇ ਵਕਤ ਮੈਂ ਫੁੱਟਪਾਸ ਦੇ ਨਾਲ ਖਲੋਤਾ ਅਤੇ ਫੁੱਟਪਾਸ ਉਹਨਾਂ ਨੇ ਫਾਇਰਿੰਗ ਕੀਤੀ। ਫਾਇਰਿੰਗ ਮਤਲਬ ਗੋਲੀਆਂ ਵੀ ਚਲਾਈਆਂ? ਹਾਂਜੀ, ਗੋਲੀਆਂ ਵੀ ਚਲਾਈਆਂ ਅਤੇ ਐਟਮ ਬੰਬ ਵੀ ਚਲਾਏ, ਜਿਹੜੇ ਐਟਮ ਬੰਬ ਫੁੱਟਪਾਸ ਦੇ ਨਾਲ ਲਾ ਕੇ ਮੇਰੇ ਗਿੱਟੇ ਨਾਲ ਵੱਜਾ ਅਤੇ ਗਿੱਟੇ ਨਾਲ ਵੱਜਦਿਆਂ ਸਾਰੇ ਫਟ ਗਿਆ, ਅਤੇ ਉਹਦੇ ਨਾਲ ਮਤਲਬ ਕਿ ਇੱਥੇ ਵਿੱਚ ਕਾਫੀ ਹੱਦ ਤੱਕ ਗਹਿਰਾ। ਹਾਂਜੀ ਹਾਂਜੀ, ਅਤੇ ਇਹਦੇ ਬਹੁਤ ਮਿਹਰਬਾਨੀ ਆ ਜੀ ਖਾਲਸਾ ਐਡ ਵਾਲਿਆਂ ਦੀ, ਜਿਨ੍ਹਾਂ ਨੇ ਮੈਨੂੰ ਇੱਕ ਮਿੰਟ ਦੇ ਵਿੱਚ, ਮੈਨੂੰ ਇਹ ਨਹੀਂ ਮਹਿਸੂਸ ਹੁੰਦਾ ਕਿਹੜੇ ਵੇਲੇ ਮੈਨੂੰ ਇੱਥੇ ਚੱਕ ਕੇ ਆਣ ਕੇ ਉਹਨਾਂ ਨੇ ਆਪਣਾ ਟ੍ਰੀਟਮੈਂਟ ਕਰਤਾ, ਅਤੇ ਪਰ ਇਹ ਬਹੁਤ ਜ਼ਿਆਦਾ ਸ਼ਰਮਨਾਕ ਗੱਲ ਹੈ ਆਪਣੀ ਪੰਜਾਬ ਸਰਕਾਰ ਨਾਲ ਦੀ। ਆਪਣੀ ਹੋਰ ਕੋਈ ਸਹਾਇਤਾ ਨਹੀਂ ਕਰ ਸਕਦੀ ਕਿਸਾਨਾਂ ਦੀ, ਘੱਟੋ ਘੱਟ ਇੱਥੇ ਕੋਈ ਟ੍ਰੀਟਮੈਂਟ ਦੇ ਅਰੇਂਜਮੈਂਟ ਕਰਦੇ, ਕੋਈ ਨਾ ਕੋਈ ਇੱਦਾਂ ਦਾ ਰੇਲ ਚਾਹੀਦਾ ਕਿ ਜੋ, ਕਿਉਂਕਿ ਖਾਲਸਾ ਵਾਲੇ ਐਡ ਵਾਲੇ ਬਹੁਤ ਆਪਣਾ ਵਧੀਆ ਤਰੀਕੇ ਨਾਲ ਕੰਮ ਕਰਦੇ, ਪਰ ਜੋ ਗੌਰਮੈਂਟੀ ਤਰੀਕੇ ਨਾਲ ਕੰਮ ਹੁੰਦਾ, ਜੋ ਸਰਕਾਰੀ ਕੰਮ ਹੁੰਦਾ, ਉਹ ਹੋਣਾ ਚਾਹੀਦਾ ਇੱਥੇ, ਕਿਉਂਕਿ ਕਿਸੇ ਇੱਥੇ 100 ਤੋਂ ਵੱਧ ਕਿਸਾਨ ਜ਼ਖਮੀ ਹੋ ਗਏ, ਕਿਸੇ ਨੂੰ ਵੀ ਕੋਈ ਗੌਰਮੈਂਟੀ ਮਾੜਾ ਮੋਟਾ ਇਲਾਜ ਨਹੀਂ ਮਿਲਿਆ। ਹਾਂ, ਆਪਣੇ ਉਹਨਾਂ ਦੇ ਨਾਲ ਦੇ ਪਿੰਡ ਦੇ ਨਾਲ ਦੇ ਲੈ ਕੇ ਗਏ, ਆਪਣਾ ਟ੍ਰੀਟਮੈਂਟ ਕਰਾ ਰਹੇ ਆ। ਮੈਂ ਇਹੀ ਪੁੱਛਣਾ ਚਾਹੁੰਦਾ ਹਾਂ, ਕਿਉਂਕਿ ਕਿਸਾਨ ਤੁਹਾਡੇ ਜਿਹੜੇ ਆਗੂ ਨੇ ਉਹ ਵੀ ਆਹੀ ਕਹਿ ਰਹੇ ਆ ਕਿ ਜਿਹਨੂੰ ਸੱਟ ਲੱਗੀ ਆ ਉਹ ਪਹਿਲਾਂ MLR ਕਟਾਵੇ ਜਾ ਕੇ ਸਿਵਲ ਹਸਪਤਾਲ ਤੋਂ। ਤੁਸੀਂ ਕਟਾਈ ਆ? ਉਹ ਤੁਹਾਡੇ ਕੰਮ ਆਉਣੀਆਂ ਨੇ। 5 ਮਿੰਟ ਪਹਿਲਾਂ ਸੱਟ ਲੱਗੀ ਆ ਜੀ, ਆਪਾਂ ਕਟਾਵਾਂਗੇ ਸਾਰੇ, ਜੋ ਵੀ ਕਾਰਵਾਈ ਪੈਂਦੀ ਆਪਾਂ ਪਾਵਾਂਗੇ, ਅਤੇ ਹੁਣ ਆਪਾਂ ਹੋਸਪਿਟਲ ਵੱਲ ਜਾ ਰਹੇ ਹਾਂ, ਐਕਸਰੇ ਕਰਾਵਾਂਗੇ, ਵੇਖਾਂਗੇ ਮਤਲਬ ਕੀ ਚੱਕਰ ਆ, ਅਤੇ ਆਪਾਂ ਬਾਕੀ ਆਪਾਂ ਕਿਹੜਾ ਹੁਣ ਸਾਨੂੰ ਤਾਂ ਐਂ ਕਰ ਰਿਹਾ ਜਿੱਦਾਂ ਅਸੀਂ ਕਿਤੇ ਪਾਕਿਸਤਾਨ 'ਚੋਂ ਆਏ ਹੋਈਏ, ਹੈ ਤਾਂ ਆਪਾਂ ਪੰਜਾਬ ਹਿੱਸਾ ਨਹੀਂ ਇੰਡੀਆ ਦਾ, ਭਾਰਤ ਦਾ ਹਿੱਸਾ ਵਾ ਪੰਜਾਬ, ਅਸੀਂ ਕੋਈ ਉੱਥੇ ਕੋਈ ਬਦਲੇ ਦੀ ਭਾਵਨਾ ਨਹੀਂ ਲੈ ਕੇ ਜਾ ਰਹੇ, ਅਸੀਂ ਉੱਥੇ ਕੋਈ ਨੁਕਸਾਨ ਨਹੀਂ ਕਰਨਾ ਚਾਹੁੰਦੇ, ਅਸੀਂ ਆਪਣੀਆਂ ਮੰਗਾਂ ਲੈ ਕੇ ਜਾ ਰਹੇ ਹਾਂ। ਇਹੋ ਮੰਗਾਂ ਅੱਜ ਦੀਆਂ 3 ਸਾਲ ਪਹਿਲਾਂ ਵੀ ਇਹੋ ਮੰਗਾਂ ਸੀ, ਅੱਜ ਵੀ ਇਹੋ ਮੰਗਾਂ, ਸਾਨੂੰ ਪੂਰੇ ਫਸਲਾਂ ਦਾ ਹੱਕ ਦਿੱਤਾ ਜਾਵੇ, ਸਾਨੂੰ MSP ਦਿੱਤੀ ਜਾਵੇ, ਸਾਨੂੰ ਸਵਾਮੀਨਾਥ ਦੀ ਰਿਪੋਰਟ ਲਾਗੂ ਕੀਤੀ ਜਾਵੇ,
13,000 ਜੋ ਪਿਛਲੇ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਉੱਤੇ ਜੋ ਪਰਚੇ ਕੀਤੇ ਗਏ ਆ ਉਹ ਰੱਦ ਕੀਤੇ ਜਾਣ, ਇੱਦਾਂ ਦੇ ਲਖੀਮਪੁਰ ਖੀਰੀ ਦਾ ਮਸਲਾ ਉੱਥੇ ਖੜਾ ਵਾ, ਇੱਦਾਂ ਦੁਸ਼ਮਣ ਵੀ ਨਹੀਂ ਕਰਦਾ ਸਾਡੇ ਗੁਰੂ ਗੋਬਿੰਦ ਸਿੰਘ ਜੀ ਜ਼ਖਮੀਆਂ ਤੇ ਮਲਮ ਲਾਉਂਦੇ ਸੀ। ਹਾਂਜੀ, ਅਸੀਂ ਗੁਰ ਇਹਨਾਂ ਦਾ ਧਰਮ ਬਜਾਇਆ ਗਜਰਾਂ ਦਾ, ਸਾਡੇ ਨਾਲ ਧੱਕਾ ਇੰਨਾ ਜ਼ਿਆਦਾ ਧੱਕਾ ਕਿਸ ਤਰ੍ਹਾਂ ਬਰਦਾਸ਼ਤ ਹੋਊਗਾ, ਸਾਨੂੰ ਖਾ ਰਹੇ ਆ, ਅਸੀਂ ਇਹਨੂੰ ਰਜਾ ਰਹੇ ਹਾਂ, ਜਦੋਂ ਕਿਤੇ ਆਉਂਦੀ ਆ ਕਦੇ ਹੜ੍ਹ ਆਉਂਦੇ ਆ ਆਫਤ ਆਉਂਦੀ ਆ, ਅਸੀਂ ਇਹਨਾਂ ਹੱਥ ਜਾ ਕੇ ਲੰਗਰ ਲਾਉਂਦੇ ਹਾਂ, ਇਹਨਾਂ ਵਾਸਤੇ ਲੰਗਰ ਵੀ ਲਾਉਂਦੇ ਹਾਂ। ਹਾਂਜੀ, ਹਰ ਹੀਲੇ ਅਸੀਂ ਦੇਸ਼ ਦੇ ਕੰਮ ਆਉਂਦੇ ਹਾਂ ਅਤੇ ਸਾਨੂੰ ਤਾਂ ਇਹਨਾਂ ਨੇ ਵਿਰੋਧੀ ਵੀ ਨਹੀਂ ਇੱਦਾਂ ਕਰ ਸਕਦੇ। ਸਾਡੀ ਗਲਤੀ ਇਹ ਕਿ ਆਪਾਂ ਦਿੱਲੀ ਨੂੰ ਬਚਾ ਕੇ ਰੱਖਿਆ, ਸਾਡੇ ਬਘੇਲ ਸਿੰਘ ਹੁਣਾਂ ਨੇ ਦਿੱਲੀ ਬਚਾਈ ਆ, ਸਾਡਾ ਇਹੀ ਗਲਤੀ ਆ, ਸਾਡੇ ਅਸੀਂ ਉਹਨਾਂ ਦੇ ਵਾਰਸ ਆ, ਸਾਡੀ ਇਹ ਗਲਤੀ ਆ। ਅੱਜ ਉਹਨਾਂ ਨੇ ਦਿੱਲੀ ਨਾ ਬਚਾਈ ਹੁੰਦੀ, ਸਾਨੂੰ ਵੀ ਦਿੱਲੀ ਨਾ ਜਾਣਾ ਪੈਂਦਾ, ਉਹਨਾਂ ਦੀ ਨਾ ਮਕਾਨ ਲਾਉਣੀ ਪੈਂਦੀ, ਇੱਥੋਂ ਤੱਕ ਗੱਲ ਨਾ ਜਾਂਦੀ। ਕੋਈ ਸ਼ਰਮਾ ਵੇਖਣ ਆਏ ਆ, ਘਰਾਂ ਦੇ ਕੰਮ ਛੱਡੇ ਜਾਂਦੇ ਆ, ਸਾਡੇ ਹੀ ਬੱਚੇ ਫੌਜ ਵਿੱਚ, ਸਾਡੇ ਹੀ ਪੁਲਿਸ ਵਿੱਚ। ਹਾਂਜੀ, ਇਹਨਾਂ ਲੀਡਰਾਂ ਦਾ ਕਿਤੇ ਬੱਚਾ ਭਰਤੀ ਹੋਇਆ? ਹਾਂਜੀ, ਇਹ ਸਾਡਾ ਜੋ ਇਹਨਾਂ ਦੀ ਥਾਲੀ ਵਿੱਚ ਰਾਤ ਨੂੰ ਪਰੋਸਿਆ ਹੁੰਦਾ, ਜਾ ਕੇ ਧਿਆਨ ਨਾਲ ਝਾਤੀ ਮਾਰਨ ਵੀ ਇਹ ਸਾਰਾ ਕਿਸਾਨ ਦਾ ਖੂਨ ਪਸੀਨੇ ਕਮਾਈ ਆ, ਇਹਨਾਂ ਦਾ ਬੇੜਾ ਗਰਗਣਾ, ਕੀੜੇ ਭੈਣੇ ਇਹਨਾਂ ਨੂੰ। ਇਹ ਬਾਬੇ ਨਾਨਕ ਦੀ ਕਿਰਤ ਨੂੰ ਇਹਨਾਂ ਨੇ ਧੱਕਾ ਦਿੱਤਾ, ਬਾਬੇ ਨਾਨਕ ਦੇ ਇਹਨਾਂ ਨੇ, ਬਾਬਾ ਜੀ ਇਹਨਾਂ ਨੇ ਬਾਬੇ ਨਾਨਕ ਦੇ ਗੁਰਪੁਰਬ ਵਾਲੇ ਦਿਨ ਮੰਗਾਂ ਮੰਨ ਕੇ ਸਾਨੂੰ ਉਠਾਇਆ ਸੀਗਾ। ਐਡਾ ਬੇਜਮਾਨਾ, ਇੰਨਾ ਬੇਜਮਾਨਾ ਮੁੱਖ ਪ੍ਰਧਾਨ ਮੰਤਰੀ, ਜਿਹੜਾ ਪ੍ਰਧਾਨ ਮੰਤਰੀ ਬੇਜਮਾਨਾ ਹੋਵੇ ਤਾਂ ਪਛਿਆ ਤੋਂ ਭੈੜਾ ਜੀ, ਸਾਡਾ ਦੋਸ਼ ਕੀ ਆ? ਅਸੀਂ ਮੰਗ ਥੋੜ੍ਹੀ ਰਹੇ ਕੋਈ, ਅਸੀਂ ਆਪਣੇ ਹੱਕ ਕੇ ਸਾਡੇ, ਅਸੀਂ ਇਸ ਦੇਸ਼ ਨੂੰ ਟੈਕਸ ਦਿੰਦੇ ਹਾਂ, ਸਾਰੇ ਹਰ ਨੂੰ ਅੰਨ ਦਿੰਦੇ ਹਾਂ। ਹਾਂਜੀ, ਸਾਡੇ ਬੱਚੇ ਰੁਲ ਗਏ, ਸਾਡਾ ਬੁਰਾ ਆਦਮ ਹੋ ਗਿਆ ਦਿਹਾੜੇ, ਅਸੀਂ ਕੋਈ ਭੰਨ ਤੋੜ ਕਰ ਰਹੇ ਹਾਂ? ਆਹ ਬੰਬ ਚੱਲ ਰਿਹਾ ਤੁਹਾਡੇ ਸਾਹਮਣੇ, ਅਸੀਂ ਭੰਨ ਤੋੜ ਕਰ ਰਹੇ ਹਾਂ? ਇਹ ਤਾਂ ਕੋਈ ਧੱਕਾ, ਬਿਲਕੁਲ ਸਰਾਸਰ ਧੱਕਾ ਵਾ। ਨਿਰਾਸ਼ਾ ਤੇ ਹਤਾਸ਼ਾ ਸਾਫ਼ ਨਜ਼ਰ ਆ ਸਕਦੀ ਹੈ। ਨਿਸ਼ਾਨ ਸਿੰਘ ਬਾਈ ਹੈ ਔਰ ਖੜੋਤਾ ਨਹੀਂ ਜਾ ਰਿਹਾ ਬਾਈ ਕੋਲੋਂ, ਇਹ ਹਾਲਾਤ ਨੇ ਇਸ ਵੇਲੇ। ਕਹਿੰਦੇ ਨੇ ਕਿ ਫੱਟ ਡੂੰਘੇ ਲੱਗੇ ਹੋਏ ਨੇ, ਫਿਲਹਾਲ ਸਿਵਲ ਹਸਪਤਾਲ ਜਾਣ ਦੀ ਗੱਲ ਕਰਦੇ ਪਏ ਨੇ ਤੇ ਅੱਗੇ ਕਿਸਾਨਾਂ ਦੇ ਵਿੱਚ ਗੁੱਸਾ ਸਾਫ਼ ਨਜ਼ਰ ਆ ਰਿਹਾ। ਕਿੰਨੇ ਹਤਾਸ਼ ਨੇ ਕਿਸਾਨ ਸਾਫ਼ ਨਜ਼ਰ ਆ ਰਿਹਾ, ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ, ਹੁਣੇ ਹੁਣੇ ਇੱਥੇ ਨਿਗਾਹ ਪਈ ਤੇ ਉਹ ਵੀ ਪੱਟੀ ਕਰਾਉਂਦੇ ਨਜ਼ਰ ਆ ਰਹੇ ਨੇ। ਭਾਈ ਸਾਹਿਬ ਹੋਇਆ ਕੀ ਅਚਾਨਕ, ਇਹ ਤੁਸੀਂ ਖੂਨੋ ਖੂਨ ਹੋਏ ਪਏ ਹੋ ਇਸ ਵੇਲੇ? ਇਹ ਜੀ ਅੱਗੇ ਜਾਣ ਡੇ ਅਸੀਂ ਮੈਡੀਕਲ ਲੈ ਗਏ ਤੇ ਉਹਨਾਂ ਦੇ ਦੂਜੇ ਗੋਲੀਆਂ ਤਾਂ ਅਸ਼ਰ ਨਹੀਂ ਕੀਤਾ, ਪਰ ਉਹਨਾਂ ਨੇ ਛਰਲੇ ਮਾਰੇ ਤੇ ਦੂਜੀਆਂ ਗੋਲੀਆਂ ਮਾਰੀਆਂ। ਆਹ ਛਰਲੇ ਲੋਹੇ ਦੇਖੋ ਵਜੇ, ਇਹ ਲੋਹੇ ਦੇ ਪੂਰੇ ਛਰਲੇ ਆ, ਕੱਲ 5 ਗੋਲੀਆਂ ਵਜੀਆਂ ਵੇਖੋ। ਗੋਲੀਆਂ ਮਤਲਬ ਕੀ? ਗੋਲੀਆਂ ਬੰਦੂਕ ਦੀਆਂ ਗੋਲੀਆਂ ਕਹਿੰਦੇ ਹੋ? ਆਹੋ, ਬੰਦੂਕ ਦੀਆਂ ਗੋਲੀਆਂ ਵੱਡੀਆਂ, ਆਹ ਵੇਖੋ ਐਂਦੀ ਲੰਘ ਕੇ ਕੱਲ। ਅੱਛਾ, ਹਾਂਜੀ ਆਹ ਵੇਖੋ, ਇੱਕ ਸਿਰ ਚ, ਇੱਕ ਸਿਰ ਚ ਲੱਗੀ ਆ, ਇੱਕ ਬਾਂਹ ਤੇ ਲੱਗੀ ਆ ਤੇ ਦੋ ਇੱਥੇ ਲੱਤਾਂ ਤੇ ਲੱਗੀਆਂ ਸੀ ਕੱਲ। ਅੱਛਾ, ਹਾਂ ਕੱਲ 5 ਵਜੀਆਂ ਤੇ ਅੱਜ ਵੀ ਇੱਕ ਇੱਥੇ ਵਜੀ ਆ, ਐਡੀ ਮੋਟੀ ਗੋਲੀ ਆ ਕਾਲੇ ਰੰਗ ਦੀ, ਬਲੈਕ ਕਲਰ ਦੀ, ਇੱਥੇ ਵਜੀ ਆ, ਬਾਕੀ ਛਰਲੇ ਮਾਰੇ ਇਹਨਾਂ ਨੇ, ਇੱਥੇ ਵੀ ਗੋਲੀ ਵਜੀ ਆ। ਸਾਰੇ ਸ਼ਰਲੇ ਮਾਰੇ ਗਏ, ਹੁਣ ਕਹਿੰਦੇ ਕਿ ਉਹ ਜਿਹੜੇ ਸ਼ਰਲੇ ਜਿਹੜੇ ਨੇ ਉਹਨਾਂ ਨਾਲ ਹਮਲਾ ਕਰਦੇ ਪਏ ਨੇ ਔਰ ਨਾਲ ਨਾਲ ਜਿਹੜੀਆਂ ਗੋਲੀਆਂ ਰਬੜ ਦੀਆਂ ਨੇ ਉਹ ਵੀ ਵਰਤਦੇ ਪਏ ਨੇ, ਲੋਹੇ ਦੀਆਂ ਗੋਲੀਆਂ ਜਿਹੜੇ ਨੇ ਉਹ ਵੀ ਵਰਤਦੇ ਪਏ ਨੇ। ਆਹ ਸਾਫ਼ ਨਜ਼ਰ ਆ ਰਿਹਾ, ਇਹ ਸ਼ਰਲੇ ਜਿਹੜੇ ਨੇ ਇਕੱਠੇ ਕਰਕੇ ਮਾਰੇ ਜਾ ਰਹੇ ਨੇ ਔਰ ਕਹਿੰਦੇ ਨੇ ਕਿ ਇਹਦੇ ਨਾਲ ਹਮਲਾ ਹੋਇਆ ਆ, ਇਹ ਸਾਰੇ ਜ਼ਖਮ ਜਿਹੜੇ ਨੇ ਜਿੱਥੋਂ ਜਿੱਥੋਂ ਖੂਨ ਨਿਕਲਦਾ ਪਿਆ ਉਹ ਕਹਿੰਦੇ ਕਿ ਇਹਨਾਂ ਦੇ ਨਾਲ ਹਮਲਾ ਕੀਤਾ ਗਿਆ। ਭਾਈ ਸਾਹਿਬ ਮੈਨੂੰ ਬਰੀਫਲੀ ਦੱਸ ਸਕਦੇ? ਮੈਂ ਜਾਣਦਾ ਤੁਸੀਂ ਇਸ ਵੇਲੇ ਦਰਦ ਵਿੱਚ ਹੈਗੇ ਹੋ, ਕੋਈ ਗੱਲ ਨਹੀਂ, ਹਾਲਾਤ ਕੀ ਬਣੇ ਉਸ ਵੇਲੇ? ਹਾਲਾਤ ਬਹੁਤ ਹੀ ਜ਼ਿਆਦਾ ਜੀ, ਇਹਨਾਂ ਨੇ ਮੁਸ਼ਕਿਲ ਕੀ ਅਸਲ ਦੇ ਵਿੱਚ ਤੁਸੀਂ ਉੱਥੇ ਉੱਥੇ ਜਾ ਕੇ ਅਸੀਂ ਰੋਗੇ? ਅੱਛਾ, ਕਿੱਥੇ ਦੀ ਗੱਲ ਕਰਾਂ? ਜਿੱਥੇ ਬੇਰੀਕਟ ਇਹਨਾਂ ਨੇ ਜਮਾ ਹੀ ਤੁਸੀਂ ਲੱਗੇ, ਜਿੱਥੋਂ ਕੱਲ ਬੇਰੀਕਟ ਪੁੱਟ ਕੇ ਲਾਏ ਉੱਥੇ ਜਾ ਕੇ ਰੋਗੇ ਤੇ ਰੋਗੇ ਮੁਗੇ ਉੱਥੇ ਤੇ ਉਹਨਾਂ ਨੇ ਫਿਰ ਗੋਲੀਆਂ ਨਹੀਂ ਮਾਰਦੇ ਹੀ ਨਹੀਂ ਵੱਜਦੀ, ਕਿਉਂ ਬੇਰੀਕਟ ਕੋਲ ਹੀ ਸਾਡੇ, ਫਿਰ ਥੱਲੇ ਉਹਦੀ ਜਾਲੀ ਲੱਗੀ ਮੋਟੀ ਮੋਟੀ, ਉਹ ਜਾਲੀ ਥਾਣੀ ਫਿਰ ਛਰਲੇ ਮਾਰਨੇ ਚਾਲੂ ਕੀਤੇ ਇਹਨਾਂ ਨੇ, ਫਿਰ ਇਹਨਾਂ ਨੇ ਕੀਤੇ ਇੱਧਰੋਂ ਗੋਲੀ ਮਾਰੀ ਇਸ ਸਾਈਡ ਤੋਂ ਜਿਹੜੀ ਵੱਜੀ ਹੈ ਨਾ ਉਹ ਇੱਥੇ ਵੱਜੀ ਹੈ, ਹਾਂ ਉਹ ਉਹਨਾਂ ਨੇ ਇੱਧਰੋਂ ਮਾਰੀ ਆ, ਇੱਕ ਆਹ ਵੱਜੀ ਹੈ,
ਉਧਰ ਦੀ ਪਾਵਰ ਨਹੀਂ ਜਾਂਦੀ ਇਧਰੋਂ ਮਰੀ ਉਹਨਾਂ ਦੀ ਬਿਲਕੁਲ ਲੱਤਾਂ ਜਿਹੜੀਆਂ ਨੇ ਉਹ ਖੂਨ ਨਾਲ ਭਰੀਆਂ ਹੋਈਆਂ ਸਾਫ਼ ਨਜ਼ਰ ਆ ਰਿਹਾ ਕਿਸ ਤਰ੍ਹਾਂ ਜਿਹੜੇ ਸ਼ਰਲੇ ਨੇ ਉਹ ਮਾਰੇ ਗਏ ਨੇ ਔਰ ਖੂਨ ਜਿਹੜਾ ਚੋਂਦਾ ਨਜ਼ਰ ਆ ਰਿਹਾ ਇਹ ਇਹ ਕਨੈਸਟਰ ਜਿਹੜਾ ਹੈ ਅਜੇ ਤੱਕ ਸੀਲਡ ਆ ਇਹ ਸਾਫ਼ ਪਤਾ ਲੱਗ ਰਿਹਾ ਕਿ ਅਜੇ ਤੱਕ ਇਹ ਲਾਂਚ ਨਹੀਂ ਕੀਤਾ ਗਿਆ ਪਰ ਇਸ ਕਨੈਸਟਰ ਦੇ ਉੱਤੇ ਜੇ ਤਰੀਕ ਦੇਖੀਏ ਤਾਂ ਲਾਸਟ ਤਰੀਕ ਵੀ 2022 ਦੀ ਹੈ ਇਸ ਦੇ ਉੱਤੇ 2019 ਅਤੇ 2022 ਦੀ ਤਰੀਕ ਲਿਖੀ ਗਈ ਹੈ 11ਵਾਂ ਮਹੀਨਾ ਅਤੇ 2019 ਅਤੇ 11ਵਾਂ ਮਹੀਨਾ 2022 ਯਾਨੀ ਕਿ ਇਹ ਹੁਣ ਤੱਕ ਐਕਸਪਾਇਰ ਹੋ ਚੁੱਕਿਆ ਆ ਇਹ ਕਨੈਸਟਰ ਜਿਹੜਾ ਵਰਤਦੇ ਪਏ ਨੇ ਇਸ ਤੋਂ ਪਹਿਲਾਂ ਵੀ 2018 ਅਤੇ 2019 ਦੇ ਐਕਸਪਾਇਰ ਹੋ ਚੁੱਕੇ ਕਨੈਸਟਰ ਜਿਹੜੇ ਨੇ ਵਰਤੇ ਜਾ ਰਹੇ ਨੇ ਜਿਹੜੇ ਸਮੋਕ ਬੋਮਬਸ ਵਰਤਦੇ ਪਏ ਨੇ ਜਿਨ੍ਹਾਂ ਦੇ ਵਿੱਚ ਅਥਰੂ ਗੈਸ ਜਿਹੜੀ ਆ ਉਹ ਦੱਸਦੇ ਪਏ ਨੇ ਇਹ ਸੀਲਡ ਕਨੈਸਟਰ ਹੈਗਾ ਹੈ ਖੈਰ ਇਸ ਕਨੈਸਟਰ ਦੇ ਨਾਲ ਨਾਲ ਇਹ ਇਹ ਰਬੜ ਦੀ ਗੋਲੀ ਹੈ ਇਹ ਪਲਾਸਟਿਕ ਦੀ ਗੋਲੀ ਹੈ ਰਬੜ ਦੀ ਗੋਲੀ ਜਿਹਨੂੰ ਕਹਿੰਦੇ ਆ ਇਹਦੇ ਨਾਲ ਇਹ ਹਮਲਾ ਕੀਤਾ ਜਾ ਰਿਹਾ ਇਸ ਗੋਲੀ ਨਾਲ ਹਮਲਾ ਕੀਤਾ ਜਾ ਰਿਹਾ ਔਰ ਇਹ ਕਨੈਸਟਰ ਹੈਗੇ ਨੇ ਦੂਜੀ ਗੋਲੀ ਇਸ ਦੇ ਨਾਲ ਹਮਲਾ ਕੀਤਾ ਜਾ ਰਿਹਾ ਇਹ ਤੀਸਰੀ ਗੋਲੀ ਹੈ ਇਹ ਤੀਸਰੇ ਤਰੀਕੇ ਦੀ ਗੋਲੀ ਹੈ ਅਤੇ ਚੌਥੇ ਤਰੀਕੇ ਦੀ ਗੋਲੀ ਹੈ ਯਾਨੀ ਕਿ ਹੁਣ ਚਾਰ ਤਰੀਕੇ ਦੇ ਵੱਖ ਵੱਖ ਤਰੀਕੇ ਦੇ ਜਿਹੜੇ ਹਮਲੇ ਨੇ ਉਹ ਤੁਹਾਡੇ ਸਾਹਮਣੇ ਰੱਖ ਦਿੱਤੇ ਨੇ ਜਿਹੜੇ ਕੀਤੇ ਗਏ ਨੇ ਜਿਹੜੇ ਹੁਣ ਤੱਕ ਡਿਟੈਕਟ ਕੀਤੇ ਜਾ ਸਕੇ ਨੇ ਜਿਹੜੇ ਚੀਜ਼ਾਂ ਹੱਥ ਲੱਗੀਆਂ ਨੇ ਔਰ ਇਹਨਾਂ ਦੇ ਨਾਲ ਨਾਲ ਬੁਲਟ ਸ਼ੈਲਸ ਵੀ ਜਿਹੜੇ ਬਰਾਮਦ ਹੋਏ ਨੇ ਉਹ ਵੀ ਹੈਰਾਨੀ ਦੀ ਗੱਲ ਹੈ ਹੁਣ ਸ਼ਰਲਿਆਂ ਦੀ ਗੱਲ ਕੀਤੀ ਗਈ ਹੈ ਸ਼ਰਲੇ ਵੀ ਤੁਹਾਨੂੰ ਦਿਖਾ ਕੇ ਹਟੇ ਆ ਲਗਾਤਾਰ ਜਿਹੜੇ ਕਿਸਾਨ ਨੇ ਉਹ ਹਤਾਸ਼ ਨੇ ਕਿ ਉਹਨਾਂ ਦੇ ਉੱਤੇ ਹੁਣ ਜਾਨੀ ਹਮਲੇ ਕਹਿੰਦੇ ਨੇ ਉਹ ਕੀਤੇ ਜਾ ਰਹੇ ਨੇ ਹਾਲਾਤ ਤੁਹਾਡੇ ਸਾਹਮਣੇ ਨੇ ਇਹ ਐਕਸਪਾਇਰ ਹੋ ਚੁੱਕੇ ਗੈਸ ਕਨੈਸਟਰਸ ਨੇ ਉੱਤੋਂ ਇਸ ਤਰ੍ਹਾਂ ਦੇ ਭਾਰੀ ਭਰਕਮ ਜਿਹੜੀਆਂ ਗੋਲੀਆਂ ਨੇ ਇਹ ਦਾਗੀਆਂ ਜਾ ਰਹੀਆਂ ਨੇ ਜਿਨ੍ਹਾਂ ਨਾਲ ਡੂੰਘੇ ਫੱਟ ਲੱਗਦੇ ਪਏ ਨੇ ਕਿਸਾਨਾਂ ਨੂੰ ਔਰ ਉਹਨਾਂ ਦੇ ਵਿੱਚ ਗੁੱਸਾ ਅਤੇ ਰੋਸ ਸਾਫ਼ ਬਰਕਰਾਰ ਹੈ ਹੁਣ 100 ਤੋਂ ਉੱਪਰ ਸਾਡੇ ਬੰਦੇ ਜ਼ਖਮੀ ਹੋਏ ਪਏ ਆ 100 ਤੋਂ ਉੱਤੇ ਹੋਏ ਪਏ ਆ ਰਾਤੀ ਮੈਂ ਗਿਆ 8 ਵਜੇ ਪੂਰਾ ਹਸਪੀਟਲ ਭਰਿਆ ਡਾ ਤੋਂ ਉਦੋਂ ਵੀ ਅਜੇ ਬਾਜ ਵੀ ਪੇ ਜਾਣ ਦੇ ਇਹ ਰੋਲ ਹਸਪੀਟਲ ਹੈ ਨਾ ਸਰਕਾਰੀ ਉਹ ਪੂਰਾ ਹਸਪੀਟਲ ਭਰਿਆ ਸੀ ਮੈਂ ਤਾਂ ਮੈਡੀਸਿਨ ਲੈ ਕੇ ਛੇਤੀ ਆ ਗਿਆ ਦੇਖੇ ਘੰਟੇ ਬਾਅਦ ਪਰ ਪੂਰਾ ਹਸਪੀਟਲ ਭਰਿਆ ਜਿਹੜੇ ਜ਼ਖਮੀ ਕਿਹਦਾ ਨੱਕ ਕਿਹਦਾ ਸਾਰਾ ਬਹੁਤ ਜਾਣੀ ਕਿ ਪ੍ਰੋਬਲਮ ਹੋਈ ਸਾਡੇ ਕਿਸਾਨਾਂ ਨੂੰ ਟਾਈਮ ਜਿਹੜਾ ਨਾ ਉਹ 5 ਵਜੇ ਦਾ ਦਿੱਤਾ ਗਿਆ ਇਹ 5 ਵਜੇ ਤੱਕ ਮੀਟਿੰਗ ਚੱਲ ਰਹੀ ਸੀ ਇਹ ਵੀਰ ਉੱਥੇ ਖੜੇ ਸੀਗੇ ਅਤੇ ਖੜੇ ਉੱਤੇ ਟਾਈਮ ਲੈਣ ਦੇ ਬਾਵਜੂਦ ਵੀ ਇਹਨਾਂ ਵੀਰਾਂ ਨੂੰ ਫੱਟੜ ਕੀਤਾ ਸਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਇਹ ਹਰਕਤ ਨਹੀਂ ਕੀਤੀ ਕੋਈ ਰੋੜਾ ਨਹੀਂ ਮਾਰਿਆ ਕੋਈ ਗਾਲ ਨਹੀਂ ਕੱਢੀ ਅਤੇ ਉਹਨਾਂ ਨੇ ਇਹ ਤਾਂ ਟਾਈਮ ਲੈ ਕੇ ਖੜੇ ਕਰਕੇ ਅਤੇ ਅਨਭੋਲ ਖੜੇ ਸੀ ਅਤੇ ਉਹਨਾਂ ਨੇ ਬੰਬ ਮਾਰਿਆ ਮੈਂ ਜੀ ਕਾਬਲ ਸਿੰਘ ਮਹਾਵਾ ਟਾਰੀ ਬਾਗਾ ਬਾਰਡਰ ਅੰਮ੍ਰਿਤਸਰ ਤੋਂ ਇੱਥੇ ਕਿਸਾਨ ਆਗੂ ਪਹੁੰਚਿਆ ਵਾਂ ਜੋ ਸਾਡੇ ਕਿਸਾਨ ਵੀਰਾਂ 'ਤੇ ਇਸ ਵੇਲੇ ਹਮਲੇ ਹੋ ਰਹੇ ਨੇ ਆਹ ਵੇਖੋ ਜਿਹੜੇ ਪਲਾਸਟਿਕ ਦੇ ਬੰਬ ਇਹ ਅਥਰੂ ਗੈਸ ਵਾਲੇ ਯੂਜ ਕਰ ਰਹੇ ਨੇ ਆਰਮੀ ਦਾ ਇੱਕ ਸੂਲ ਆ ਜਦੋਂ ਇਹਦੀ ਐਕਸਪਾਇਰੀ ਡੇਟ ਖਤਮ ਹੋਈ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਵਿਖਾਵਾਂ ਦੇਖੋ ਐਕਸਪਾਇਰੀ ਡੇਟ ਇਹਦੀ ਖਤਮ ਹੋ ਗਈ ਆ ਇਹਨੂੰ ਫੌਜ ਵੱਲੋਂ ਆਰਡਰ ਹੁੰਦਾ DGP ਸਾਹਿਬ ਵੱਲੋਂ ਜਾਂ ਵੱਡੇ ਸਾਡੇ ਜਿਹੜੇ ਉੱਚ ਅਧਿਕਾਰੀ ਹੁੰਦੇ ਨੇ ਉਹਨਾਂ ਨੂੰ ਆਰਡਰ ਹੁੰਦਾ ਵੀ ਇਹਨੂੰ ਚਲਾਉਣ ਦਾ ਮਨਾ ਹੀ ਹੈ ਇਹਨੂੰ ਨਸ਼ਟ ਕਰਨ ਦਾ ਆਹ ਵੇਖੋ ਫੌਜ ਜਿਹੜੀ ਹੈ ਨਸ਼ਟ ਕੀਤੇ ਹੋਏ ਬੰਬ ਜਿਹੜੀ ਐਕਸਪਾਇਰੀ ਡੇਟ ਹੋ ਚੁੱਕੀ ਆ ਇਹ ਬੰਬ ਚਲਾ ਕੇ ਸਾਡੇ ਕਿਸਾਨਾਂ ਨੂੰ ਜ਼ਖਮੀ ਕੀਤਾ ਜਾ ਰਿਹਾ ਜੋ ਕਿ ਨਹੀਂ ਬਣਦਾ ਚਲਾਉਣਾ ਇਹ ਫੌਜ ਦੇ ਉੱਪਰ ਅੱਜ ਆਪਾਂ ਕੋਈ ਕੋਰਟ ਵਿੱਚ ਆਪਾਂ ਇਹਦੇ ਵਿੱਚ FIR ਦਰਜ ਕਰਾ ਸਕਦੇ ਹਾਂ ਇਹਦੇ ਉੱਪਰ ਜਿਹੜਾ ਉੱਥੇ ਮਹਿਕਮਾ ਚਲਾ ਰਿਹਾ ਹੋਵੇ ਨਾ ਸਾਡੇ ਕਿਸਾਨ ਜਥੇਬਿੰਦੀਆਂ ਨੂੰ ਬੇਨਤੀ ਆ ਜਿਹੜੇ ਆਗੂ ਆ ਇਹਦੇ ਉੱਪਰ ਐਕਸਪਾਇਰੀ ਡੇਟ ਮੈਂ ਕੈਮਰੇ ਵਾਲੇ ਨੂੰ ਕਹਿੰਦੇ ਜ਼ੂਮ ਕਰਕੇ ਵਿਖਾਵੇ ਐਕਸਪਾਇਰੀ ਡੇਟ ਇਹਦੀ ਖਤਮ ਹੋ ਚੁੱਕੀ ਹੈ ਕਿਸੇ ਦੇ ਉੱਪਰ ਯੂਜ ਨਹੀਂ ਕਰ ਸਕਦੇ ਨਾ ਕਿਸੇ ਭਾਵੇਂ ਦੁਸ਼ਮਣ ਵੀ ਕਿੰਨਾ ਆਇਆ ਹੋਵੇ ਇਹਨੂੰ ਬਿਲਕੁਲ ਜੋ ਇੱਕ ਜ਼ਹਿਰੀਲਾ ਪਦਾਰਥ ਬਣ ਚੁੱਕਾ ਹੈ ਅਤੇ ਇਹ ਫਿਰ ਵੀ ਐਕਸਪਾਇਰੀ ਡੇਟ ਵਾਲੇ ਜਿਹੜੇ ਬੰਬ ਹੋਏ ਨੇ ਇਹ ਸਾਡੇ ਕਿਸਾਨਾਂ ਦੇ ਉੱਤੇ ਸ਼ੰਭੂ ਬੈਰੀਅਰ ਪੰਜਾਬ ਹਰਿਆਣਾ ਨੂੰ ਇੱਕ ਬਹੁਤ ਜੰਗ ਦਾ ਜਿਹਦਾ ਅਮੈਰੀਕਾ ਰਾਕ ਆਪਣਾ ਰਾਕ ਦੌਰਾਨ ਦੇ ਨਾਲ ਲੜਾਈ ਲੱਗੀ ਸੀ ਉਹ ਮਿਲਾਉਂਦਾ ਅਸੀਂ ਪਾਕਿਸਤਾਨ ਦੇ ਲਾਸਟ ਪਿੰਡ ਤੋਂ ਇੰਡੀਆ ਦੇ ਲਾਸਟ ਪਿੰਡ ਪਾਕਿਸਤਾਨ ਦੇ ਪਹਿਲੇ ਪਿੰਡ ਤੋਂ ਇੱਧਰ ਪਹੁੰਚੇ ਹਾਂ
ਇਹੋ ਜੀ ਲੜਾਈ ਅਸੀਂ 1971 ਤੋਂ 70 ਤੋਂ ਲੈ ਕੇ ਅੱਜ ਤੱਕ ਕੋਈ ਲੜਾਈ ਲੱਗੀ ਨਹੀਂ ਵੇਖੀ ਜਿਹੜੇ ਜਿੰਨੇ ਬੰਬ ਚੱਲੇ ਹੁਣ ਆਹੜੇ ਬੰਬ ਇਹੋ ਜਿਹੇ ਸ਼ੰਭੂ ਬੈਰੀਅਰ ਚੱਲ ਰਹੇ ਨੇ ਜੋ ਕਿ ਨਿੰਦਣ ਯੋਗ ਹੈ। ਇਹ ਖੱਟਰ ਸਰਕਾਰ ਦੀ ਮਾੜੀ ਨਾਕਾਮੀ ਜਿਹੜੀ ਕਿਸਾਨਾਂ ਦੇ ਉੱਪਰ ਘਾਤਕ ਕਰ ਰਹੇ ਨੇ, ਸਿਰਫ ਅਤੇ ਸਿਰਫ ਆਪਣਾ ਜੋ ਹੱਕ ਮੰਗਣ ਆ ਰਹੇ ਨੇ, ਹੱਕ ਨੂੰ ਗਲਤ ਦੱਸਦੇ ਰਹੇ ਨੇ ਵੀ ਆਪਣਾ ਹੱਕ ਵੀ ਨਹੀਂ ਮੰਗ ਸਕਦੇ। ਕੀ ਅਸੀਂ ਵੀ ਦਿੱਲੀ ਨਹੀਂ ਪਹੁੰਚ ਸਕਦੇ? ਆਪਣਾ ਹੱਕ ਲੈਣ ਵਾਸਤੇ ਜਿਹੜਾ ਰੋਡ ਆ ਇਹ ਸਾਡਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਿੱਤਾ ਹੋਇਆ ਟੈਕਸ, ਅਤੇ ਟੈਕਸ ਦੇ ਨਾਲ ਬਣੇ ਹੋਏ ਰੋਡ ਦੇ ਉੱਪਰ ਇਹ ਲੰਘ ਰਹੇ ਨੇ, ਕਿੰਨੇ 7 ਬੈਰੀਕੇਡ ਲਗਾਏ ਹੋਏ ਨੇ। ਸਾਡੇ ਕਿਸਾਨ ਜਥੇਬੰਦੀਆਂ ਦੇ ਨਾਲ ਅੱਜ ਮੀਟਿੰਗ ਹੋ ਰਹੀ ਆ, ਜੇਕਰ ਅੱਜ ਮੀਟਿੰਗ ਵਿੱਚ ਸਿੱਟਾ ਕੋਈ ਨਾ ਨਿਕਲਿਆ ਤਾਂ ਕੱਲ੍ਹ ਨੂੰ ਇਹ ਜਿਸ ਤਰ੍ਹਾਂ ਮਰਜ਼ੀ ਭਾਵੇਂ ਸਾਨੂੰ ਸਾਰਿਆਂ ਨੂੰ ਮਾਰ ਦੇਣ, ਕੱਲ੍ਹ ਨੂੰ ਅਸੀਂ ਇਹ ਬੈਰੀਕੇਡ ਆਪ ਤੁਰ ਕੇ ਪਾਰ ਕਰਾਂਗੇ। ਇਹਦੀ ਕੀ ਬੇਨਤੀ ਨੂੰ ਪ੍ਰਵਾਨ ਕਰੋ। ਕਿਸਾਨ ਜਿਹੜੇ ਨੇ ਉਹ ਹਤਾਸ਼ ਨੇ, ਤੁਹਾਨੂੰ ਆਹ ਹਮਲੇ ਦੇ ਤਰੀਕੇ ਦਿਖਾ ਹਟੇ ਆ, ਜਿਹੜਾ ਚੀਜ਼ਾਂ ਦੇ ਨਾਲ ਜਿਹਨਾਂ ਕਨੈਸਟਰਸ ਦੇ ਨਾਲ ਇਹ ਹਮਲਾ ਕੀਤਾ ਗਿਆ ਹੈ, ਔਰ ਕਿਸਾਨ ਗੁੱਸੇ ਦੇ ਵਿੱਚ ਨੇ, ਰੋਸ ਦੇ ਵਿੱਚ ਨੇ, ਆਪਣੀਆਂ ਮੰਗਾਂ ਮਨਾਉਣ ਵਾਸਤੇ ਇੱਥੇ ਪਹੁੰਚੇ ਨੇ। ਖੈਰ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਕੁਝ ਹੋਵੇਗਾ ਤੁਹਾਡੇ ਸਾਹਮਣੇ ਰੱਖਦੇ ਰਹਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ ਤੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।